ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਲੱਗਿਆ ਹੋਣਾ ਹੈ ਕਿ ਪੰਜਾਬ ਦੇ ਵਿੱਚ ਪੀਐਸ ਟੈਟ ਦੀ ਜਿਹੜੀ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ ਜਿੰਦੀ ਕੀ ਜਿਹੜੀ ਡੇਟ ਹੈ ਉਹ 2022 ਦਸੰਬਰ ਦੇ ਸੈਕਿੰਡ ਵੀਕ ਪੇਪਰ ਲੈਣ ਵਾਲੇ ਜਿਹੜਾ ਆਪਣਾ ਪੀਐਸ ਟੈਟ ਦਾ ਇਸੇ ਨਾਲ ਹੀ ਜਿਹੜਾ ਸੀ ਟੈਟ ਦਾ ਆਨਲਾਈਨ ਸਬਮਿਸ਼ਨ ਵੀ ਜਿਹੜੀ ਹੈ ਇਹ ਨੋਟੀਫਿਕੇਸ਼ਨ ਇਸਟਾਰਟ ਹੋ ਜਾਏਗਾ 31 ਅਕਤੂਬਰ ਤੋਂ ਇਹ ਆਨਲਾਈਨ ਜਿਹੜਾ ਕੀ ਹੈ ਸਟਾਰਟ ਹੋਣ ਜਾ ਰਿਹਾ ਹੈ ਸੀ ਟੈਟ ਦਾ ਐਗਜ਼ਾਮ ਤਾਂ ਬੇਸਿਕਲੀ ਇਸ ਲੈਕਚਰ ਦੇ ਵਿੱਚ ਜਿਹੜਾ ਆਪਾਂ ਜੁੜੇ ਹਾਂ ਉਹ ਟੈਸਟ ਸੀਰੀਜ਼ ਨੂੰ ਲੈ ਕੇ ਜੁੜੇ ਹਾਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੀ ਪ੍ਰੈਪਰੇਸ਼ਨ ਕੰਪਲੀਟ ਹੋ ਚੁੱਕੀ ਹੈ ਚਾਹੇ ਉਹ ਪੀਐਸ ਟੈਟ ਦਾ ਕੈਂਡੀਡੇਟ ਹੈ ਚਾਹੇ ਉਹ ਸੀਟੈਟ ਦਾ ਕੈਂਡੀਡੇਟ ਹੈ ਤਾਂ ਜਿਨ੍ਹਾਂ ਦੀ ਬੇਸਿਕਲੀ ਪ੍ਰੈਪਰੇਸ਼ਨ ਕੰਪਲੀਟ ਹੋ ਚੁੱਕੀ ਹੈ ਤਾਂ ਸਤਗੁਰੂ ਕਲਾਸਿਸ ਦੇ ਵੱਲੋਂ ਜਿਹੜਾ ਇੱਕ ਟੈਸਟ ਸੀਰੀਜ਼ ਮੌਕ ਟੈਸਟ ਜਿਹੜੇ ਤੁਹਾਡੇ ਕੰਡਕਟ ਕੀਤੇ ਜਾ ਰਿਹਾ ਹੈ ਮੌਕ ਟੈਸਟ ਦੇ ਵਿੱਚ ਬੇਸਿਕਲੀ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਵੀ ਦੇਖ ਲਿਆ ਹੋਣਾ ਇਹ ਮੌਕ ਟੈਸਟ ਸਿਰਫ ਤੇ ਸਿਰਫ 99 ਰੁਪੀ ਦੇ ਜਿਹੜੇ ਕੀ ਆ ਇਹ ਤੁਹਾਨੂੰ ਮਿਲਣਗੇ ਇਹ ਇਹਨਾਂ ਨੂੰ ਕਿਸ ਤਰ੍ਹਾਂ ਅਵੇਲ ਕਰਨਾ ਹੈ ਤਾਂ ਆਪਾਂ ਇਹ ਵੀ ਦੇਖ ਲੈਂਦੇ ਆ ਹਾਂਜੀ ਤਾਂ ਬੇਸਿਕਲੀ ਜਿਹੜੇ ਸਟੂਡੈਂਟਸ ਟੈਸਟ ਸੀਰੀਜ਼ ਤਾਂ ਜਿੰਨਾਂ ਦੀ ਬੇਸਿਕਲੀ ਤਿਆਰੀ ਹੋ ਚੁੱਕੀ ਆ ਆਪਦੀ ਤਿਆਰੀ ਨੂੰ ਟੈਸਟ ਕਰਨਾ ਚਾਹੁੰਦੇ ਆ ਤਾਂ ਸਿਰਫ ਤੇ ਸਿਰਫ 99 ਰੁਪੀ ਦੇ ਵਿੱਚ ਉਹ ਟੈਸਟ ਸੀਰੀਜ਼ ਨੂੰ ਅਵੇਲ ਕਰ ਸਕਦੇ ਆ ਕਿਸ ਤਰ੍ਹਾਂ ਲੈਣੀਆਂ ਟੈਸਟ ਸੀਰੀਜ਼ ਇਹ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਇਹ ਬੇਸਿਕਲੀ ਅੱਜ ਹੀ ਜਿਹੜਾ ਪੰਜਾਬ ਗਵਰਨਮੈਂਟ ਦੇ ਵੱਲੋਂ ਅਨਾਉਂਸ ਕੀਤਾ ਗਿਆ ਹੈ ਕਿ ਪੀਐਸਟੈਟ ਦਾ ਜਿਹੜਾ ਪੇਪਰ ਹੈ ਉਹ ਦਸੰਬਰ ਦੇ ਸੈਕੰਡ ਵੀਕ ਕੰਡਕਟ ਕੀਤਾ ਜਾ ਸਕਦਾ ਹੈ ਮਤਲਬ ਅ ਕਹ ਲੋ ਵੀ ਅੱਜ ਤੋਂ 1.5 ਮਹੀਨੇ ਬਾਅਦ ਜਿਹੜਾ ਇਹ ਪੇਪਰ ਤੁਹਾਡਾ ਆਉਣ ਜਾ ਰਿਹਾ ਹੈ ਬੇਸਿਕਲੀ ਆਪਣੀ ਪ੍ਰੈਪਰੇਸ਼ਨ ਦੇ ਲਈ 40 ਦਿਨ ਬਚੇ ਆ ਤੇ ਜਿੰਨਾਂ ਸਟੂਡੈਂਟਸ ਨੇ ਪ੍ਰੈਪਰੇਸ਼ਨ ਕੀਤੀ ਹੋਈ ਹੈ ਉਹਨਾਂ ਲਈ ਇੱਕ ਬਹੁਤ ਵਧੀਆ ਜਿਹੜੀ ਹੈ ਇਹ ਟੈਸਟ ਸੀਰੀਜ਼ ਵੀ ਸਤਗੁਰੂ ਕਲਾਸਿਸ ਦੇ ਵੱਲੋਂ ਲੈ ਕੇ ਆਈ ਜਾ ਰਹੀ ਹੈ ਟੈਸਟ ਸੀਰੀਜ਼ ਕਿਸ ਤਰ੍ਹਾਂ ਦੇਲ ਕਰਨੀ ਹੈ ਤਾਂ ਸਭ ਤੋਂ ਪਹਿਲਾ ਸਟੈਪ ਸਟੈਪ ਨੰਬਰ 1 ਕੀ ਹੋਏਗਾ ਤੁਸੀਂ ਐਪ ਡਾਊਨਲੋਡ ਕਰਨੀ ਹੈ ਐਪ ਕਿਹੜੀ ਡਾਊਨਲੋਡ ਕਰਨੀ ਹੈ ਸਤਗੁਰੂ ਕਲਾਸਿਸ ਐਪ ਡਾਊਨਲੋਡ ਕਰਨੀ ਹੈ ਕਿੱਥੋਂ ਐਪ ਡਾਊਨਲੋਡ ਕਰਨੀ ਹੈ ਇਹ Google Play Store ਤੋਂ ਐਪ ਡਾਊਨਲੋਡ ਕਰ ਸਕਦੇ ਹੋ ਇਹ ਐਪ ਐਂਡਰੋਇਡ ਵਰਜ਼ਨ ਹੈ ਜਿੰਨਾਂ ਕੋਲ ਐਂਡਰੋਇਡ ਫੋਨ ਹੈ ਉਹ ਇਹ ਵਾਲੀ ਐਪ ਡਾਊਨਲੋਡ ਕਰਨਗੇ ਤੇ ਜਿੰਨਾਂ ਕੋਲ iOS ਹੈ ਬੇਸਿਕਲੀ ਜਿੰਨਾਂ ਕੋਲ Apple ਵਾਲੇ ਫੋਨ ਹੈ ਤਾਂ ਉਹ ਡਾਇਰੈਕਟਲੀ ਜਿਹੜਾ Google ਦੇ ਵਿੱਚ ਜਾ ਕੇ ਸਤਗੁਰੂ ਕਲਾਸਿਸ ਦੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਸਤਗੁਰੂ ਕਲਾਸਿਸ malot.com ਤਾਂ ਇਸ ਸਾਈਟ ਦੇ ਉੱਪਰ ਜਾ ਕੇ ਤੁਸੀਂ ਸੇਮ ਇਹੀ ਸਟੈਪ ਤੋਂ ਤੁਸੀਂ ਜਿਹੜੇ ਫੋਲੋ ਕਰਨੇ ਆ ਤਾਂ ਸਟੈਪ ਨੰਬਰ ਫਰਸਟ ਐਪ ਡਾਊਨਲੋਡ ਕਰਨੀ ਆ ਤਾਂ ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪ ਦੀ ਜਿਹੜੀ ਹੈ ਲੌਗਇਨ ਕਰਨਾ ਹੈ ਨੰਬਰ ਫਿਲ ਕਰਨਾ ਜੋ ਵੀ ਡਿਟੇਲਸ ਉੱਥੇ ਮੰਗੇ ਜਾਣੀਆਂ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਆਪ ਦਾ ਐਗਜ਼ਾਮ ਇੱਥੇ ਜਿਹੜਾ ਚੂਜ਼ ਕਰਨਾ ਹੈ ਐਗਜ਼ਾਮ ਕੀ ਚੂਜ਼ ਕਰਨਾ ਆਪਣਾ ਜਿਵੇਂ ਕਿ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਆਪਣਾ ਐਗਜ਼ਾਮ ਹੈ ਤੁਹਾਡਾ ਐਗਜ਼ਾਮ ਜਿਹੜਾ ਟੀਚਿੰਗ ਸੈਕਸ਼ਨ ਦੇ ਵਿੱਚ ਤੁਸੀਂ ਜਾਣਾ ਹੈ ਐਗਜ਼ਾਮ ਚੂਜ਼ ਕਰਨ ਤੋਂ ਬਾਅਦ ਟੀਚਿੰਗ ਸੈਕਸ਼ਨ ਚੂਜ਼ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਸ਼ੋ ਹੋਣਗੇ ਟੀਚਿੰਗ ਦੇ ਵਿੱਚ ਸੀਟਟ ਐਂਡ ਪੀਟਟ ਫਰਸਟ ਨੰਬਰ ਤੇ ਹੀ ਆਪਣਾ ਜਿਹੜਾ ਪੇਪਰ ਹੈ ਪੀਐਸਟਟ ਐਂਡ ਸੀਟਟ 2022 ਇਹਦੇ ਵਿੱਚ ਤੁਸੀਂ ਆਪਦੇ ਅਕੋਰਡਿੰਗ ਤਾਂ ਚਾਹੇ ਤੁਹਾਡਾ ਪੇਪਰ ਫਰਸਟ ਹੈ ਚਾਹੇ ਤੁਹਾਡਾ ਪੇਪਰ ਸੈਕਿੰਡ ਹੈ ਸੈਕਿੰਡ ਦੇ ਵਿੱਚ ਕਿਹੜੀ ਕਿਹੜੀ ਆਪਣੇ ਕੋਲ ਸਬਜੈਕਟ ਕੰਬੀਨੇਸ਼ਨ ਹੈ ਮੈਥ ਸਾਇੰਸ ਹੈ ਜਾਂ ਐਸਐਸਟੀ ਹੈ ਤਾਂ ਇਹਦੇ ਵਿੱਚ ਤੁਸੀਂ ਆਪਦਾ ਪੇਪਰ ਵੀ ਜਿਹੜਾ ਐਗਜ਼ਾਮ ਵੀ ਉਹ ਚੂਜ਼ ਕਰਨਾ ਹੈ ਫਿਰ ਉਸ ਤੋਂ ਬਾਅਦ ਜਿਵੇਂ ਕੀ ਤੁਸੀਂ ਪੇਮੈਂਟ ਕਰੋਗੇ ਪੇਮੈਂਟ ਕਰਨ ਤੋਂ ਬਾਅਦ ਆਪਦੇ ਨਾਲ ਦੇ ਨਾਲ ਤੁਸੀਂ ਟੈਸਟ ਵੀ ਅਟੈਂਪਟ ਕਰ ਸਕਦੇ ਹੋ ਤਾਂ ਜਿਹੜੇ ਸਟੂਡੈਂਟਸ ਆਪਦੀ ਤਿਆਰੀ ਨੂੰ ਚੈੱਕ ਕਰਨਾ ਚਾਹੁੰਦੇ ਆ ਵੀ ਮੇਰੀ ਤਿਆਰੀ ਕਿੰਨੀ ਹੋ ਚੁੱਕੀ ਹੈ ਬਹੁਤ ਹੀ ਘੱਟ ਰੇਟ ਦੇ ਵਿੱਚ ਜਿਹੜਾ ਇਹ ਕਹ ਲਓ ਵੀ ਸਭ ਤੋਂ ਬੈਸਟ ਜਿਹੜੀ ਟੈਸਟ ਸੀਰੀਜ਼ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਕੀ ਤੁਹਾਨੂੰ 20 ਮੌਕ ਟੈਸਟ ਮਿਲਣਗੇ 20 ਮੌਕ ਟੈਸਟ ਤੁਸੀਂ ਅਵੇਲ ਕਰ ਸਕਦੇ ਹੋ ਓਨਲੀ ਇਨ ਜਸਟ 99 ਰੁਪੀਸ ਇਸ ਤੋਂ ਬਿਨਾ ਜੇਕਰ ਸਟੂਡੈਂਟਸ ਫੁੱਲ ਫਲੱਜ ਤਿਆਰੀ ਕਰਨਾ ਚਾਹੁੰਦੇ ਆ ਕੰਪਲੀਟ ਸਟੱਡੀ ਕਰਨਾ ਚਾਹੁੰਦੇ ਆ ਤਾਂ ਉਹਨਾਂ ਸਟੂਡੈਂਟਸ ਦੇ ਲਈ ਲਾਈਵ ਪਲੱਸ ਰਿਕਾਰਡਡ ਸੈਸ਼ਨਸ ਅਗਰ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ ਜਿੰਦੀ ਫੀਸ ਜਿਹੜੀ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਜਿੰਦੇ ਵਿੱਚ ਸਾਰੇ ਹੀ ਸਬਜੈਕਟ ਆਪਣੇ ਕਵਰ ਕੀਤੇ ਜਾਣਗੇ ਪੇਪਰ 1 ਦੇ ਵੀ ਔਰ ਪੇਪਰ 2 ਦੇ ਵੀ ਸਬਜੈਕਟ ਤੁਹਾਡੇ ਕੋਲ ਆਲਰੇਡੀ ਮੈਂਸ਼ਨ ਹੈ ਅਗਰ ਤੁਸੀਂ ਇਹਨਾਂ ਨੂੰ ਅਵੇਲ ਕਰਨਾ ਚਾਹੁੰਦੇ ਹੋ ਤਾਂ ਟੋਟਲ ਜਿਹੜੇ ਕੰਪਲੀਟ ਪ੍ਰੈਪਰੇਸ਼ਨ ਆ ਉਹ ਸਤਗੁਰੂ ਕਲਾਸਿਸ ਦੇ ਸਾਰੇ ਹੀ ਸਟਾਫ ਦੇ ਵੱਲੋਂ ਜਿਹੜੇ ਅੱਜ ਤੱਕ ਜਿੰਨੇ ਵੀ ਬੈਸਟ ਆਪਣੇ ਲੈਕਚਰਸ ਹੋ ਚੁੱਕੇ ਆ ਤਾਂ ਉਹ ਜਸਟ ਤੁਸੀਂ 3500 ਰੁਪਏ ਦੇ ਵਿੱਚ ਅਵੇਲ ਕਰ ਸਕਦੇ ਹੋ ਤਾਂ ਸਟੂਡੈਂਟਸ ਦੇਰ ਨਾ ਕਰੋ ਕਿਉਂਕਿ ਹੁਣ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਆ ਚੁੱਕੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਟਾਈਮ ਬਿਲਕੁਲ ਵੀ ਨਹੀਂ ਮਿਲਣਾ ਤਾਂ ਜਿਹੜੇ ਵੀ ਸਟੂਡੈਂਟਸ ਅਵੇਲ ਕਰਨਾ ਚਾਹੁੰਦੇ ਆ ਤਾਂ ਜਲਦੀ ਤੋਂ ਜਲਦੀ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਪੀਐਸ ਟਟ ਫਰਸਟ ਔਰ ਸੀਟਟ ਫਰਸਟ ਪੇਪਰ ਜਿੰਨਾਂ ਦਾ ਹੈ ਤੁਸੀਂ ਇਸ ਚੈਨਲ ਦੇ ਉੱਪਰ ਫ੍ਰੀ ਆਫ ਕੋਸਟ ਜਿਹੜਾ ਈਵੀਐਸ ਦੇ ਲੈਕਚਰਸ ਵੀ ਦੇਖ ਸਕਦੇ ਹੋ ਜਿੰਦਾ ਕਿ ਬੇਸਿਕਲੀ 7:30 ਵਜੇ ਡੇਲੀ ਆਪਾਂ ਲਾਈਵ ਜੁੜਦੇ ਆ ਜਿੰਦੇ ਵਿੱਚ ਆਪਾਂ ਈਵੀਐਸ ਕਵਰ ਕਰਦੇ ਪਿਆ ਤਾਂ ਈਵੀਐਸ ਤੁਹਾਡੀ 30 ਮਾਰਕਸ ਦੀ ਇੰਨਾ ਲੈਕਚਰ ਸੀਰੀਜ਼ ਦੇ ਵਿੱਚੋਂ ਹੀ ਕਵਰ ਹੁੰਦੀ ਪਈ ਐ ਤੁਸੀਂ ਕੁਆਲਿਟੀ ਉੱਥੋਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਬਹੁਤ ਸਾਰੇ ਸਟੂਡੈਂਟਸ ਇਸ ਚੀਜ਼ ਦਾ ਫਾਇਦਾ ਚੱਕ ਚੁੱਕੇ ਐ ਤਾਂ ਬੇਸਿਕਲੀ ਜਿਹੜੇ ਸਟੂਡੈਂਟਸ ਹੁਣ ਤਿਆਰੀ ਕਰਨ ਲੱਗੇ ਆ ਬਿਲਕੁਲ ਫ੍ਰੈਸ਼ਰ ਐ ਜਾਂ ਪੇਪਰ ਪਹਿਲਾਂ ਤੁਸੀਂ ਦਿੱਤਾ ਸੀ ਤਾਂ ਬੇਸਿਕਲੀ ਮੈਂ ਇੱਥੇ ਮੈਂਸ਼ਨ ਕਰਨਾ ਚਾਹਨਾ ਉਹ ਵਾਲੇ ਪੰਜਾਬ ਦੇ ਸਟੂਡੈਂਟਸ ਜਿਨ੍ਹਾਂ ਦਾ सीटेट ਜਾਂ ਪੀਟੈਟ ਕੁਆਲੀਫਾਈ ਨਹੀਂ ਹੋ پا ਰਿਹਾ ਤਾਂ ਉਹ ਵਾਲੇ ਸਟੂਡੈਂਟਸ ਹੁਣ ਬਿਲਕੁਲ ਵੀ ਜਿਹੜਾ ਫਿਕਰ ਨਾ ਕਰਨ ਇੰਨਾ ਲੈਕਚਰ ਸੀਰੀਜ਼ ਦੇ ਵਿੱਚੋਂ ਤੁਹਾਨੂੰ ਬੈਸਟ ਤੋਂ ਬੈਸਟ ਕੰਟੈਂਟ ਦਿੱਤਾ ਜਾਏਗਾ ਠੀਕ ਹੈ ਤਾਂ ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ ਥੈਂਕ ਯੂ ਵੈਰੀ ਮਚ